ਵੈਲਕਮ ਬੈਕ ਟੂ ਅਨਦਰ ਬਲੌਗ। ਸਵੇਰ ਦੇ ਵੱਜ ਗਏ ਨੇ 8 ਅਤੇ ਆਪਣਾ ਨਹਾ ਧੋ ਕੇ ਮੈਂ ਆਪਣਾ ਪਾਠ ਕਰ ਲਿਆ, ਚਾਹ ਪੀ ਲਈ ਆ ਅਤੇ ਝਾੜੂ ਮਾਰਦੇ ਆ। ਅੱਜ ਹੈਗੀ ਬੱਚਿਆਂ ਦੀ ਛੁੱਟੀ, ਸੈਚਰਡੇ ਹੈਗਾ ਅੱਜ, ਅਤੇ ਸੈਚਰਡੇ ਸੰਡੇ ਦੀ ਹੈਗੀ ਆ ਛੁੱਟੀ ਤਾਜਵੰਸ਼ ਦੀ। ਅਤੇ ਹੁਣ ਤਾਜਵੰਸ਼ ਵੀ ਉੱਠ ਗਏ ਨੇ ਅਤੇ ਹੁਣ ਰਹਿ ਗਏ ਨੇ ਮੇਰੇ ਪੋਚੇ ਅਤੇ ਨਾਲ ਦੀ ਨਾਲ ਮੈਂ ਲਾ ਲਈ ਸੀ ਮਸ਼ੀਨ, ਕਿਉਂਕਿ ਅੱਜ ਲੱਗਣਾ ਹੈ ਕੱਟ। ਸਵੇਰੇ ਦੱਸਿਆ ਹੋਇਆ 10 ਵਜੇ ਤੋਂ ਕੱਟ ਆ, ਇਸ ਕਰਕੇ ਮੈਂ ਆਪਣਾ ਛੇਤੀ ਮਸ਼ੀਨ ਲਾ ਲਈ ਸੀਗੀ। ਕੱਪੜੇ ਧੋ ਹੋ ਜੂੰਗੇ। ਅਤੇ ਹੁਣ ਮੈਂ ਲੱਗੀ ਹਾਂ ਇੱਥੇ, ਆਪਣਾ ਗੋਭੀ ਆ ਜਿਹੜੀ ਉਹ ਮੈਂ ਪਈ ਸੀਗੀ, ਉਹ ਕੱਦੂਕਸ ਕਰ ਲਈ। ਅੱਜ ਗੋਭੀ ਦੇ ਪਰੌਂਠੇ ਬਣਾਉਂਗੇ। ਅਤੇ ਖੁਸ਼ੀ ਆ ਜਿਹੜੀ ਉਹ ਵੀ ਉੱਠ ਗਈ ਆ। ਖੁਸ਼ੀ ਨੂੰ ਕੱਲ੍ਹ ਆਏ ਸੀਗੇ ਅਤੇ ਮੈਂ ਇੱਥੇ ਰੱਖ ਲਿਆ ਸੀ, ਕਿਉਂਕਿ ਮੈਂ ਲਗਾਉਣੀ ਆ ਅੱਜ ਮਹਿੰਦੀ, ਅਤੇ ਮੇਰੀ ਥੋੜ੍ਹੀ ਥੋੜ੍ਹੀ ਮਹਿੰਦੀ ਪਿੱਛੇ ਲਾਈਟ ਰਾਈ ਹੋ ਗਈ ਆ, ਅਤੇ ਹੁਣ ਅੱਜ ਲਗਾਉਂਗੀ ਮਹਿੰਦੀ, ਕਿਉਂਕਿ ਕੱਲ੍ਹ ਹੈਗੀ ਝੱਕਰੀਆਂ। ਕੱਲ੍ਹ ਦਾ ਮੇਰਾ ਹੈਗਾ ਫਸਟ ਤਾਜਵੰਸ਼ ਦੇ ਲਈ ਝੱਕਰੀਆਂ ਦਾ ਵਰਤ ਰੱਖਣਾ, ਅਤੇ ਉਹ ਤੋਂ ਫਿਰ ਅਗਲੇ ਦਿਨ ਅਸੀਂ ਜਾਣਾ ਹੈ ਮੈਰਿਜ ਦੇ ਵਿੱਚ 6 ਤਰੀਕ ਨੂੰ, ਅਤੇ ਤਾਂ ਕਰਕੇ ਮੈਂ ਅੱਜ ਲਗਾਉਂਗੀ ਮਹਿੰਦੀ, ਅਤੇ ਤਾਂ ਹੀ ਮੈਂ ਕਰਵਾ ਚੌਥ ਇਸ ਵਾਰ ਮਹਿੰਦੀ ਨਹੀਂ ਲਗਾਈ, ਨਹੀਂ ਤਾਂ ਮੈਂ ਕਫ ਗਫ। ਅਤੇ ਗਾਈਸ ਅੱਜ ਫਿਰ ਸਾਡੇ ਆ ਗਏ ਨੇ ਧੂੰਏ ਵਾਲੇ, ਅਤੇ ਇਹ ਹੁਣ ਆਉਣਗੇ ਹੀ ਵੈਸੇ ਵੀ, ਕਿਉਂਕਿ ਮੱਛਰਾਂ ਦਾ ਨਾ ਬਹੁਤ ਜ਼ਿਆਦਾ ਹੋਇਆ ਵਾ ਬਾਹਰ, ਮੱਛਰ ਬਹੁਤ ਜ਼ਿਆਦਾ ਹੋਏ ਵੇ। ਪਹਿਲੇ ਤਾਂ ਘੱਟ ਸੀਗਾ ਇੱਧਰ, ਅਤੇ ਉੱਧਰ ਬਸ ਕਿ ਬਹੁਤ ਜ਼ਿਆਦਾ, ਫਿਰ ਧੂੰਆਂ ਇੱਧਰ ਸਾਰਾ ਫਿਰ ਕੇ ਗਏ ਸਾਡੇ, ਮਤਲਬ ਕਿ ਇੱਧਰ ਬੋਰ ਵਾਲੀ ਸਾਈਡ, ਇੱਧਰ ਵੀ ਸਾਰਾ ਧੂੰਆਂ ਹੀ ਧੂੰਆਂ ਹੋ ਗਿਆ ਸੀ ਕਿ ਬਹੁਤ ਜ਼ਿਆਦਾ। ਅਤੇ ਤਾਜਵੰਸ਼ ਆਪਣਾ ਸੁੱਤੇ ਉੱਠੇ ਸੀਗੇ, ਅਤੇ ਆਉਂਦੇ ਹੀ ਉਹਨਾਂ ਨੇ ਆਪਣਾ ਪਹਿਲਾਂ ਇਹਨਾਂ ਨੂੰ ਦੇਖਣ ਲਈ ਗਏ, ਕਿਉਂਕਿ ਇਵੇਂ ਲੱਗਦਾ ਨਾ ਇਹ ਜਿਵੇਂ ਆਪਣਾ ਅੱਗ ਵਗੈਰਾ ਲੱਗੇ ਹੋਏ, ਤਾਂ ਇਵੇਂ ਹੋ ਜਾਂਦਾ ਸਾਰਾ ਜਿਹੜੇ ਧੂੰਆਂ ਹੀ ਧੂੰਆਂ। ਬਟ ਸਾਰੇ ਮੱਛਰ ਆ ਨਾ ਜਿਹੜੇ ਉਹ ਮਿੰਟ 'ਚ ਖਤਮ ਹੋ ਜਾਂਦੇ ਨੇ ਇਹਦੇ ਨਾਲ, ਅਤੇ ਇਹ ਥੋੜ੍ਹੇ ਦਿਨਾਂ ਬਾਅਦ ਹੀ ਆਉਂਦਾ ਹੀ ਰਹਿੰਦੇ ਆ ਵੈਸੇ ਧੂੰਏ ਵਾਲੇ ਤਾਂ। ਅਤੇ ਹੁਣ ਖੁਸ਼ੀ ਤੋਂ ਲਗਵਾਉਂਗੀ ਆਪਣਾ ਕੰਮ ਕੁੰਮ ਖਤਮ ਕਰਕੇ, ਉਹ ਤੋਂ ਬਾਅਦ ਫਿਰ ਮੈਂ ਖੁਸ਼ੀ ਤੋਂ ਲਗਵਾਉਂਗੀ ਮਹਿੰਦੀ। ਅਤੇ ਖੁਸ਼ੀ ਆ ਜਿਹੜੀ ਬਹੁਤ ਸੋਹਣੀ ਮਹਿੰਦੀ ਲਗਾਉਂਦੀ ਆ, ਬਹੁਤ ਜ਼ਿਆਦਾ ਸੋਹਣੀ ਲਗਾਉਂਦੀ ਆ। ਅਤੇ ਹੁਣ ਆਪਾਂ ਪਹਿਲੇ ਪਰੌਂਠੇ ਤਾਂ ਕਰ ਲੈਂਦੀ ਆ, ਰੇਡੀ ਕਰ ਲੈਂਦੀ ਆ ਮਿਕਸਚਰ 'ਚ, ਪੋਚੇ ਲਗਾ ਲੈਂਦੀ ਆ, ਅਤੇ ਫਿਰ ਤਾਜਵੰਸ਼ ਨਾਲ ਹੱਥ ਲਾ ਕੇ ਇਹਨਾਂ ਨੂੰ ਰੇਡੀ ਕਰ ਦਿੰਦੀ ਆ, ਅਤੇ ਉਸ ਤੋਂ ਬਾਅਦ ਫਿਰ ਮਹਿੰਦੀ ਲਗਵਾਉਂਗੀ ਮੈਂ। ਹੋ ਗਿਆ ਸਾਰਾ ਖਤਮ, ਅਤੇ ਹੁਣ ਖੁਸ਼ੀ ਲੱਗੀ ਆ ਆਪਣਾ ਪੈਰਾਂ ਨੂੰ ਮਹਿੰਦੀ ਲਗਾਉਣ ਦੇ ਲਈ, ਅਤੇ ਪਹਿਲੇ ਪੈਰਾਂ ਤੋਂ ਸਟਾਰਟ ਕਰਦੇ ਹਾਂ। ਅਤੇ ਕੰਮ ਸਾਰਾ ਕਰ ਲਿਆ ਸੀ, ਕੱਪੜੇ ਕੁੱਪੜਿਆਂ ਦਾ ਨਿਬੜ ਗਿਆ, ਚੜ ਪੁੱਛਿਆ ਤਾਂ ਹੋ ਗਿਆ, ਸਿਰਫ ਰੋਟੀ ਦਾ ਰਹਿ ਗਿਆ। ਅਤੇ ਹੁਣ ਅੱਜ ਪਲਾਓ ਬਣਾਉਣੇ ਆ, ਅਤੇ ਕਰਕੇ ਰੋਟੀ ਬਣਾਉਣੀ ਨਹੀਂ ਹੈਗੀ। ਹੈਲੋ ਖੁਸ਼ੀ, ਹੈਲੋ ਉੱਪਰ ਦੇਖੋ, ਖੁਸ਼ੀ ਨੂੰ ਸਰ ਮਾਰੀ ਆ, ਅਤੇ ਇੱਕ ਨੈਪਕਿਨ ਦੇ ਦਿਓ ਬਸ। ਉਹ ਇੱਧਰ ਪਿਆ ਤਾਂ ਵੰਸ਼ ਸੋਫੇ ਦੇ ਉੱਪਰ ਪਿਆ ਤਾਂ ਇੱਕ ਰਾਤ ਵਾਲਾ। ਖੁਸ਼ੀ ਚੱਲ ਰਹੀ ਆ ਰਫਤਾਰ 'ਚ, ਅਤੇ ਫਟਾਫਟ ਖੁਸ਼ੀ ਆਪਣਾ ਹੱਥ ਚਲਾਉਣ ਲੱਗੀ ਹੋਈ ਹੈ, ਅਤੇ ਮੈਂ ਵੀ ਬੜੀ ਸੋਹਣੀ ਖੁਸ਼ੀ ਨੇ ਮੇਰੇ ਪੈਰ 'ਤੇ ਲਗਾ ਦੀ ਹੈ, ਇੱਕ ਪੈਰ 'ਤੇ ਲੱਗ ਗਿਆ ਅਤੇ ਹੁਣ ਦੂਸਰੇ ਪੈਰ 'ਤੇ ਆਪਾਂ ਕਰ ਦੂੰਗੇ ਸਟਾਰਟ, ਅਤੇ ਬਸ ਫਿੰਗਰਸ 'ਤੇ ਲਗਾਉਣੀ ਆ ਮੈਂ ਪੈਰਾਂ 'ਤੇ। ਗਾਈਸ ਪੈਰਾਂ 'ਤੇ ਲੱਗ ਗਈ ਆ ਮਹਿੰਦੀ, ਅਤੇ 10 ਮਿੰਟਸ ਤਾਂ ਉਹਨੇ ਲੱਗੇ ਨੇ, ਅਤੇ ਹੁਣ ਮੈਂ ਲਗਾਉਂਗੀ ਆਪਣੇ ਹੈਂਡ 'ਤੇ, ਹੈਂਡ 'ਤੇ ਲਗਾ ਲੈਂਦੀ ਹਾਂ, ਅਤੇ ਬਹੁਤ ਸੋਹਣੀ ਖੁਸ਼ੀ ਨੇ ਮਹਿੰਦੀ ਲਗਾ ਦੀ, ਓਨਲੀ ਬਸ 10 ਮਿੰਟਸ 'ਚ ਲਗਾਈ ਆ, ਬਹੁਤ ਛੇਤੀ ਲਗਾ ਦੀ। ਗਾਈਸ ਪੈਰਾਂ 'ਤੇ ਲੱਗ ਗਈ ਆ ਮਹਿੰਦੀ, ਅਤੇ ਹੁਣ ਲੱਗੇ ਸੀ ਅਸੀਂ ਖਾਣਾ ਖਾਣ ਦੇ ਲਈ, ਕਿਉਂਕਿ ਟਾਈਮ ਹੋ ਚੁੱਕਿਆ 11:30 ਹੋ ਗਏ ਨੇ, ਅਤੇ ਹੁਣ ਹੈਂਡਸ 'ਤੇ ਲਗਾਉਂਦੇ ਆ, ਅਤੇ ਪਹਿਲੇ ਮੇਰੀ ਥੋੜ੍ਹੀ ਥੋੜ੍ਹੀ ਲਾਈਟ ਪੈ ਗਈ ਆ, ਥੋੜ੍ਹੀ ਥੋੜ੍ਹੀ ਰਹਿ ਗਈ ਆ, ਪਹਿਲੇ ਇਸ ਹੈਂਡ 'ਤੇ ਲਗਾਉਂਗੀ ਫਿਰ ਇਸ 'ਤੇ ਲਗਵਾਉਂਗੀ। ਅਤੇ ਪੈਰਾਂ 'ਤੇ ਮੇਰੀ ਲੱਗ ਚੁੱਕੀ ਆ ਮਹਿੰਦੀ, ਅਤੇ ਹੁਣ ਸੁੱਕ ਰਹੀ ਆ, ਅਤੇ ਹੁਣ ਹੈਂਡਸ 'ਤੇ ਵੀ ਲਗਾ ਲੈਂਦੀ ਆ, ਫਿਰ ਖੁਸ਼ੀ ਨੇ ਜਾਣਾ ਵੀ ਆਪਣੇ, ਹੈ ਨਾ, ਨਹੀਂ ਜਾਣਾ, ਰੱਖ ਲਓ 4 ਦਿਨ, 4 ਦਿਨ ਵਿਆਹ 'ਤੇ ਇਕੱਠੇ ਚੱਲੂਗੇ ਸਾਡੇ, ਹੈਗਾ ਹੁਣ ਪਰਸੋਂ ਨੂੰ ਵਿਆਹ, ਫਿਰ ਵਿਆਹ 'ਤੇ ਇਕੱਠੇ ਹੀ ਲੈ ਜੂੰਗੇ ਖੁਸ਼ੀ ਨੂੰ। ਮੇਰਾ ਹਲੇ ਕੱਪੜੇ ਦੇ ਗਾਈਸ ਇੱਕ ਹੈਂਡ 'ਤੇ ਮੇਰੇ ਲੱਗ ਗਈ ਆ ਮਹਿੰਦੀ, ਅਤੇ ਹੁਣ ਲਗਾਉਣ ਲੱਗੀ ਮੈਂ ਦੂਸਰੇ ਹੈਂਡ 'ਤੇ,
ਕਿੰਨਾ ਟਾਈਮ ਲੱਗ ਜਾਵੇ? 15-20 ਮਿੰਟ ਲੱਗੇ ਹਨਾ ਇੱਕ ਹੈਂਡ ਤੇ, ਤੇ ਪੂਰਾ ਹੈਵੀ ਚ ਲਗਾ ਰਹੀ ਹੈ ਤੇ ਹੁਣ ਪਿੱਛੇ ਆ ਇਹਦੇ ਦੇ ਵੀ ਹੈ ਨਾ ਕੋ ਜਾਲ ਜਾਲ ਜਾ ਪਾਉਂਗੇ ਤੇ ਮੈਂ ਤੁਹਾਨੂੰ ਦਿਖਾਉਂਗੀ ਕਿਵੇਂ ਕਿਵੇਂ ਆ। ਤੇ ਇਹ ਵਾਲਾ ਡਿਜ਼ਾਈਨ ਹੈ ਜੋ ਅਗਲੇ ਵਾਲੇ ਹੈਂਡ ਤੇ ਪਾਇਆ। ਤੇ ਕੈਮਰਾਮੈਨ ਹੈਗਾ ਅੱਜ ਗੁਰਤਾਜ, ਕਿਉਂਕਿ ਮੇਰੇ ਹੱਥਾਂ ਨੂੰ ਲੱਗੀ ਆ ਮਹਿੰਦੀ ਤੇ ਉਹੀ ਵਾਲਾ ਹੋ ਗਿਆ, ਉਹੀ ਵਾਲਾ ਹੋ ਗਿਆ ਜਿਹੜਾ ਹੱਥਾਂ ਨੂੰ ਮੇਰੇ ਹਾਂ ਮੈਂ ਕੰਮ ਨਹੀਂ ਕਰ ਸਕਦੀ, ਮੇਰੇ ਹੱਥਾਂ ਤੇ ਲੱਗੀ ਆ ਮਹਿੰਦੀ ਤੇ ਹੁਣ ਦੂਸਰੇ ਹੈਂਡ ਤੇ ਮੈਂ ਬਣਵਾ ਲਗਵਾ ਲੈਂਦੀ ਆ ਮਹਿੰਦੀ। ਖੁਸ਼ੀ ਨੇ ਲਗਾਤੀ ਤੇ ਟਾਈਮ ਵੀ ਹੋ ਚੁੱਕਿਆ, 1 ਵਜ ਗਿਆ ਤੇ ਬਹੁਤ ਸੋਹਣੀ ਮਹਿੰਦੀ ਲਗਾਈ ਪਰ ਮੇਰੇ ਹੱਥ ਨਾਲ ਮੈਨੂੰ ਬਹੁਤ ਸੋਹਣੇ ਲੱਗਦੇ ਆ। ਤੇ ਪਿੱਛੇ ਇਹ ਵਾਲਾ ਜਾਲ ਬਹੁਤ ਜ਼ਿਆਦਾ ਹੋ ਰਿਹਾ, ਟ੍ਰੈਂਡਿੰਗ 'ਚ ਚੱਲ ਰਿਹਾ ਤੇ ਮੈਨੂੰ ਬਹੁਤ ਸੋਹਣਾ ਲੱਗਦਾ ਜਾਲ ਜਿਹਾ ਪਾਇਆ ਹੋਇਆ। ਤੇ ਇਵੇਂ ਮੈਂ ਲਗਵਾਈ ਆ ਬਹੁਤ ਸੋਹਣੀ, ਅੱਗੇ ਵੀ ਮੈਂ ਕਰਵਾ ਚੌਥ 'ਤੇ ਇਵੇਂ ਲਗਾਉਂਦੀ ਬਟ ਇਸ ਵਿਆਹ ਕਰਕੇ ਨਾ ਹੁਣ ਥੋੜ੍ਹਾ ਡਿਲੇ ਹੋ ਗਿਆ ਸੀ ਮੇਰਾ, ਤੇ ਚਲੋ ਕਰਵਾ ਚੌਥ ਨੇ ਚੱਕਰੀਆਂ 'ਤੇ ਲੱਗ ਗਈ ਆ ਹੁਣ। ਅਤੇ ਪੈਰਾਂ 'ਤੇ ਵੀ ਮੇਰੀ ਸੋਹਣੀ ਲੱਗਦੀ ਆ ਅਤੇ ਇੱਥੇ ਖੁਸ਼ੀ ਇੱਧਰ ਦੇਖ ਹੈ ਨਾ, ਇੱਕ ਨਾ ਯਾਰ ਦੇ ਵੀਡੀਓ। ਅਤੇ ਗਾਇਜ਼ ਮਹਿੰਦੀ ਹੋ ਗਈ ਕੰਪਲੀਟ ਅਤੇ ਹੁਣ ਟਾਈਮ ਹੋ ਚੁੱਕਿਆ 1:30 ਦਾ ਟਾਈਮ ਹੋ ਗਿਆ ਅਤੇ ਮਹਿੰਦੀ ਮੇਰੀ ਲੱਗ ਗਈ ਆ ਅਤੇ ਅੱਗੇ ਪਿੱਛੇ ਸਾਰੇ ਮਤਲਬ ਕਿ ਪਿੱਛੇ ਵੀ ਇਹਨੇ ਸਾਰਾ ਜਾਲ ਜਿਹਾ ਪਾਤਾ, ਸੋਹਣੀ ਬੋਤ ਲਗਾਈ ਆ ਆਪਣੇ ਘਰ ਚਲੀ ਗਈ ਸੀ ਮਹਿੰਦੀ ਮੁਹਿੰਦੀ ਲਗਾ ਕੇ। ਅਤੇ ਤਾਜਵੰਸ਼ ਜਿਹੜੇ ਉਹ ਉਹਨਾਂ ਨੇ ਵੀ ਆਪਣਾ ਨਾਲ ਹੀ ਚਲੇ ਗਏ ਕਿਉਂਕਿ ਉਹ ਵੀ ਕਹਿ ਰਹੇ ਸੀਗੇ ਨਾਲ ਜਾਣ ਨੂੰ ਬਨੂੜ ਚਲੇ ਗਏ ਨੇ ਹੁਣ ਦੋਹੇ ਜਣੇ। ਅਤੇ ਸੱਚੀ ਨੂੰ ਤਾਜਵੰਸ਼ ਚਲ ਜਾਂਦੇ ਨਾ ਮੇਰਾ ਬਿਲਕੁਲ ਵੀ ਦਿਲ ਨਹੀਂ ਲੱਗਦਾ ਹੈਗਾ, ਬੰਨੀ ਜੀ ਚਲ ਜਾਣ ਤਾਂ ਥੋੜ੍ਹਾ ਹੋ ਜਾਂਦਾ ਬਟ ਤਾਜਵੰਸ਼ ਚਲ ਜਾਣ ਨਾ ਫਿਰ ਮੈਨੂੰ ਰੋਣਾ ਆ ਜਾਂਦਾ ਸੱਚੀ। ਅਤੇ ਉਸ ਤੋਂ ਬਾਅਦ ਬਸ ਥੋੜ੍ਹੀ ਦੇਰ ਕਰੀ ਰੈਸਟ ਫਿਰ ਚਾਹ ਪਾਣੀ ਪੀ ਕੇ ਅਤੇ ਹੁਣ ਬਾਹਰ ਆ ਗਿਆ ਸੀਗਾ ਰੇਹੜੀ ਵਾਲਾ। ਅਤੇ ਜਿਹੜੀਆਂ ਆਪਾਂ ਮਤਲਬ ਕਿ ਮੈਂ ਤੁਹਾਨੂੰ ਦਿਖਾਉਂਦੀ ਹਾਂ ਮੈਂ ਲਈਆਂ ਉਹਨਾਂ ਤੋਂ ਰਿੰਗ, ਅਤੇ ਇਹ ਵਾਲੀ ਰਿੰਗ ਨਾ ਜੇ ਆਪਾਂ ਮਾਰਕੀਟ ਤੋਂ ਲਓ ਨਾ 150 ਤੱਕ ਦੀ ਆਰਾਮ ਨਾਲ ਮਿਲ ਜਾਂਦੀ ਆ। ਅਤੇ ਨਗਾਂ ਵਾਲੀਆਂ ਜਿਹੜੀਆਂ ਚੋਰੀਆਂ ਇਹ ਹੁੰਦੀਆਂ ਨਾ, ਅਤੇ ਬਹੁਤ ਸੋਹਣੀਆਂ ਰਿੰਗ ਨੇ ਇਹ। ਅਤੇ ਵੈਸੇ ਵੀ ਇਹ ਮੈਂ ਜਦੋਂ ਲਈ ਸੀਗੀ ਉਹ ਮੈਨੂੰ 150 ਦੀ ਮਿਲੀਆਂ ਸੀਗੀਆਂ, 140-40 ਦੀਆਂ ਕੁਛ ਇੱਦਾਂ ਸੀਗੀਆਂ ਜਿਹੜੀ ਮੈਂ ਲਈ ਸੀਗੀ। ਅਤੇ ਬੜੀ ਸਾਰੀ ਰਿੰਗ ਆ ਇਹ, ਅਤੇ ਮੈਂ ਲਈਆਂ ਇਹ 3 ਲਈਆਂ ਨੇ, ਬਹੁਤ ਸੋਹਣੀ ਆ, ਬਹੁਤ ਸੋਹਣੀ ਸ਼ਾਈਨ ਵੀ ਕਰ ਰਹੀ ਆ ਇਹ, ਫਿਰ ਵੀਡੀਓ 'ਚ ਨਹੀਂ ਆ ਰਹੀ ਹੋਵੇਗੀ ਬਟ ਸੱਚੀ ਮੈਨੂੰ ਬਹੁਤ ਸੋਹਣੀਆਂ ਲੱਗੀਆਂ। ਅਤੇ ਪੂਰਾ ਇਹਦੇ ਨਾਲ ਹੈਂਡ ਕਵਰ ਹੋ ਜਾਂਦਾ ਇਹ 3 ਰਿੰਗ ਜਿਹੜੀਆਂ ਮੈਂ ਲਈਆਂ ਨੇ। ਇਹ ਮੈਂ ਮੈਰਿਜ ਦੇ ਲਈ ਲਈਆਂ ਨੇ ਇਹ ਵਾਲੀਆਂ ਰਿੰਗਸ। ਅਤੇ ਦੇਖ ਲਓ ਆਪਾਂ ਮਾਰਕੀਟ ਤੋਂ ਲਓ ਕਿੰਨੇ ਮਹਿੰਗੇ ਮਿਲਦੇ ਆ, ਪਰ ਇਹ ਰੇਹੜੀ ਆਈ ਸੀ ਸਾਡੇ ਅਤੇ ਇਹ ਤੋਂ ਮੈਨੂੰ ਸਹੀ ਮਤਲਬ ਕਿ 20-20 ਰੁਪੀਸ ਦੀ ਪਈ ਆ ਇਹ 1 20 ਦੀ। ਅਤੇ ਇੰਨੀ ਸੋਹਣੀ ਰਿੰਗ ਹੈ ਨਾ, ਬਹੁਤ ਮੈਨੂੰ ਹੋਇਆ ਨਹੀਂ ਮੈਨੂੰ ਹੋਏਗਾ ਵੀ ਪਤਾ ਨਹੀਂ ਇਹ ਕਿੰਨੀ ਕੁ ਹੋਊਗੀ 120 ਦੀ, ਇਹ ਜਾ ਕੇ ਦਊਂਗੇ ਇਹ, ਬਟ ਜਦ ਉਹਨੇ 20 ਗਿਆ ਤਾਂ ਮੈਂ 3 ਲੈ ਲਈਆਂ ਇਹਦੇ। ਅਤੇ ਮੈਨੂੰ ਬਹੁਤ ਸੋਹਣੀਆਂ ਲੱਗੀਆਂ ਇਹ, ਬਹੁਤ ਜ਼ਿਆਦਾ ਸੋਹਣੀਆਂ। ਮਤਲਬ ਕਿ ਇਹ ਵਾਲੀ ਹੈਗੀ ਆ ਇਕੱਲੀ ਗੋਲਡਨ ਨਾਲ ਪੈਊਗੀ ਇਹ ਵਾਲੀ ਆ ਜਿਹੜੀ, ਅਤੇ ਇਹ ਨਾ ਸਿਲਵਰ ਗੋਲਡਨ ਦੋਹਾਂ ਨਾਲ ਪੈ ਸਕਦੀ ਆ ਕਿਉਂਕਿ ਦੋਹੇ ਇਹਨਾਂ ਦੀ ਮਤਲਬ ਕਿ ਆ ਰਹੀ ਆ, ਇਹਨਾਂ 'ਚ ਸ਼ਾਈਨ ਹੈ ਜਿਹੜੀ ਆ ਨਾ ਸਿਲਵਰ ਅਤੇ ਗੋਲਡਨ ਦੋਹੇ ਆ ਰਹੀ ਹੈ। ਅਤੇ ਬਹੁਤ ਸੋਹਣੀ ਆ ਇਹ ਰਿੰਗਸ। ਮੇਰੀ ਜਿਹੜੀ ਸੀਗੀ ਮਹਿੰਦੀ ਉਹ ਹੋ ਗਈ ਆ, ਅਤੇ ਇਹਨੂੰ ਨਾ ਮੈਂ ਲੌਂਗਾਂ ਦੀ ਧੂਪ ਦੇ ਦਿੱਤੀ ਸੀਗੀ ਕਿਉਂਕਿ ਹੁੰਦਾ ਨਾ ਲੌਂਗਾਂ ਦੀ ਧੂਪ ਦੇ ਦਿਉ ਅਤੇ ਉਸ ਤੋਂ ਬਾਅਦ ਕਲਰ ਬਹੁਤ ਸੋਹਣਾ ਆ ਜਾਂਦਾ ਹੈ ਮਹਿੰਦੀ ਦਾ। ਅਤੇ ਹੁਣ ਮੇਰੀ ਬਸ ਥਰੈਡਿੰਗ ਵਗੈਰਾ ਰਹਿ ਗਈ ਆ ਅਤੇ ਉਹ ਦੇਖਦੇ ਹਾਂ ਹੁਣ ਹੁਣ ਹੋਊਗੀ ਆ ਕੱਲ੍ਹ ਨੂੰ ਸਵੇਰੇ ਹੋਊਗੀ, ਦੇਖਦੇ ਹਾਂ ਹੁਣ ਕਦੋਂ ਹੋਊਗੀ ਕਿ ਕੱਲ੍ਹ ਮੇਰੇ ਹੈਗਾ ਵਰਤ ਵੀ ਹੈਗਾ ਕੱਲ੍ਹ ਚੱਕਰੀਆਂ ਦਾ, ਅਤੇ ਸਵੇਰੇ ਰੱਖੂੰਗੀ ਮੈਂ ਆਪਣਾ ਫਾਸਟ ਜਿਵੇਂ ਆਪਾਂ ਮਤਲਬ ਕਿ ਕਰਵਾ ਚੌਥ ਦਾ ਫਾਸਟ ਰੱਖਦੇ ਹਾਂ ਨਾ ਉਵੇਂ ਸਰਗੀ ਖਾਣੀ ਆ ਸਵੇਰੇ, ਅਤੇ ਉਵੇਂ ਸੇਮ ਉਵੇਂ ਹੀ ਹੁੰਦਾ 3 ਵਜੇ ਜਾ ਕੇ ਮੱਥਾ ਟਿਕਦਾ, 3-4 ਵਜੇ ਜਾ ਕੇ ਮੱਥਾ ਟਿਕੂਗਾ। ਅਤੇ ਫਿਰ ਇਹ ਮਤਲਬ ਕਿ ਹੁੰਦਾ ਜਿਹੜਾ ਚੱਕਰੀਆਂ ਦਾ ਵਰਤ ਹੁੰਦਾ ਇਹ ਤਾਰਿਆਂ ਦੇ ਉਹਦੇ 'ਚ ਹੁੰਦਾ ਜੋ ਚੰਦਾ ਮਾਮਾ ਦੇਖਣਾ ਹੁੰਦਾ ਕਰਵਾ ਚੌਥ 'ਤੇ, ਅਤੇ ਇਹ ਤਾਰੇ ਦੇਖ ਕੇ ਆਪਣਾ ਵਰਤ ਹੈ ਜਿਹੜਾ ਖੋਲ੍ਹਣਾ ਹੁੰਦਾ। ਅਤੇ ਕੱਲ੍ਹ ਮੇਰੇ ਤਾਜਵੰਸ਼ ਅੱਜ ਚਲੇ ਗਏ ਨੇ ਬਨੂੜ, ਆਪਣਾ ਖੁਸ਼ੀ ਦੀਦੀ ਦੇ ਨਾਲ ਦੋਹੇ ਜਣੇ ਚਲੇ ਗਏ ਨੇ
बट मेरा बिल्कुल भी दिल नहीं लग रहा उन्होंने बिना कि घर सुनना होया पे ना तो बहुत ज़्यादा मतलब कि ना अज होया पे मेरा जदों के वह गए ने स्कूले स्कूले कहती जदों के गए वह बनूड़ शाम के बज गए ने पांच तो हूँ मेहंदी जी मेरी सुक गई तो मैं अपने हैंड धोले ने तो हूँ ये रैड रैड हो गई है बट कल तक आऊगा यदा कलर आऊगा जोड़ा असली जोड़ा रंग है यदा तो हूँ तो लाल लाल होए पई हैं ये हाथ मेरे बिल्कुल तो हूँ पांच बज गए ने तो इतने मैं लगी हुई सब्जी बनाने लिए तो अज मैं बना रही हूँ वाइट चने तो इन्हों मैं आलू पा के ये नमक पा के ये रखते हैं हूँ सीटियाँ लगूंगी तो नाल दी नाल मैं कर लिया इतने मसाला मसाला यदा कर लिया प्याज लसन अदरक तो मिर्चा का मसाला ये मिक्सर मैं कर लिया मिक्सी के तो लाइट का ना अज साढ़े है नहीं है लाइट लाइट अज साढ़े सवेर का कट लग्या वा बट सू पहले पता लग गया क्योंकि बन्नी जी को मैसेज आ गया करके सवेरे 10 बजे लाइट चली गई थी तो हूँ 5 बजे का कहा हो बज गए ने बट हाले आई है नहीं है पता नहीं कदों छूंगे कदों नहीं अगे पिछे हो जाता है वैसे तो हूँ जी सब्जियां ने मैं रखूँगी सुची रखूँगी तो ये ना थोड़ी कौलिक मैं कड़ लूँगी सवेर के लिए तो हूँ ये सुची इवें अपना कौलिक कड़ लेनी है क्योंकि सवेरे सरगी के भी टाइम मैं खानी है ना तो करके फिर पिछली बार तो मैं सरगी टाइम बनाए थे करवा चौथ वालू परसों चौथे बनाए थे जीरे वाले आलू तो हूँ वाइट चने बना रही हाँ ये यही मैं सुचे कड़ लूँगी कौली के जो मेरे सवेरे काम आ जाएंगे खाने के लिए सरगी टाइम सुचे चाहिए होंगे है ना तो करके तो हूँ देखते हैं लाइट आऊगी तो सब्जी तो मेरी बनी जानी है वैसे सब्जी बना लेंदी आटा गुन्या होया तो हूँ रात का हो जाएगा रेडी हो जाएगा गाय सब्जी मेरी बन गई है तो हूँ मैं अपने लिए बना लिया जूस क्योंकि ना थोड़ी तबीयत जी खराब लग रही है तो जूस पी लेंगे हूँ ऑरेंज का A few moments later. Guys, रात के बज गए ने 9 ते डिनर असी कर लिया तो हूँ मैं लगी हाँ इस ब्लॉग का एंड करन तो मिलते हैं कल वाले ब्लॉग से तुहानू मेरा ब्लॉग किवें दा लगता है प्लीज़ लाइक एंड सबसक्राइब करो.